ਬਾਲੀਵੁੱਡ 'ਚ ਜੋੜੀਆਂ ਕਦੋਂ ਬਣਦੀਆਂ ਹਨ ਅਤੇ ਕਦੋਂ ਟੁੱਟਦੀਆਂ ਹਨ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। ਹੁਣ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੂੰ ਹੀ ਲੈ ਲਿਓ। ਉਹਨਾਂ ਦੀ ਪਤਨੀ ਨਾਲ 21 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ। ਆਪਸੀ ਸਹਿਮਤੀ ਤੋਂ ਬਾਅਦ ਫੈਮਿਲੀ ਕੋਰਟ ਨੇ ਦੋਵਾਂ ਦਾ ਤਲਾਕ ਕਰਵਾ ਦਿੱਤਾ ਹੈ। ਮੁੰਬਈ ਮਿਰਰ ਦੀ ਇੱਕ ਖਬਰ ਮੁਤਾਬਿਕ ਪ੍ਰਿੰਸੀਪਲ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟਿਵ ਦੇ ਤਹਿਤ ਇਸ ਜੋੜੇ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਇਹ ਹੈ ਕਿ ਅਰਜੁਨ ਰਾਮਪਾਲ ਦੀਆਂ ਦੋਵੇਂ ਧੀਆਂ ਮਾਂ ਮਹਿਰ ਨਾਲ ਰਹਿਣਗੀਆਂ। ਦੋਵਾਂ ਦੇ ਰਿਸ਼ਤੇ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਅਨਬਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਪਿਛਲੇ ਸਾਲ ਹੀ ਦੋਵਾਂ ਨੇ ਵੱਖ ਵੱਖ ਹੋਣ ਲਈ ਐਲਾਨ ਕਰ ਦਿੱਤਾ ਸੀ ਅਤੇ ਅਰਜੁਨ ਕਿਰਾਏ ਦੇ ਘਰ 'ਚ ਸ਼ਿਫਟ ਹੋ ਗਏ ਸਨ। ਆਪਣੀ ਗਰਲਫ੍ਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ 'ਚ ਰਹੇ। ਹਾਲ ਹੀ 'ਚ ਉਹਨਾਂ ਦੀ ਪ੍ਰੇਮਿਕਾ ਨੇ ਉਹਨਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ। ਦੋਵੇਂ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਨ।